बचपन दियां यादां बाबा जी कोल ने दी बई दियां। एक्सीडेंट हो गया फिर तां दो दिन सुत्ता ही नहीं जी। गल सुन के बस जी उस तां दो तीन दिन रोटी नहीं पक्की साडे पिंड च। ਬਚਪਨ ਦੇ ਵਿੱਚ ਕੀ ਦੀਪ ਨੂੰ ਦੀਪ ਸਿੱਧੂ ਕਹਿੰਦੇ ਸੀ ਜਾਂ ਸੰਦੀਪ ਜਾਂ ਕੀ ਨਾਮ ਤੋਂ ਬੁਲਾਇਆ ਜਾਂਦਾ ਸੀਗਾ? ਸੋਨੂੰ ਕਹਿੰਦੇ ਸੀ। ਸੋਨੂੰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੋ ਸ਼ਬਦ ਚੈਨਲ ਦੇ ਨਾਲ। ਦੀਪ ਬਾਈ ਦੀ ਅੰਤਮ ਅਰਦਾਸ ਤੇ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਆ ਜੀ। ਉੱਥੇ ਸਾਨੂੰ ਇੱਕ ਬਾਬਾ ਜੀ ਮਿਲੇ ਨੇ। ਇਹਨਾਂ ਨੇ ਦੱਸਿਆ ਵੀ ਦੀਪ ਜਦੋਂ ਛੋਟਾ ਹੁੰਦਾ ਸੀ ਸਾਡੇ ਕੋਲ ਖੇਡਦਾ ਰਿਹਾ। ਬਹੁਤ ਸਾਰੇ ਗੱਲਾਂ ਬਾਤਾਂ ਬਚਪਨ ਦੀਆਂ ਯਾਦਾਂ ਬਾਬਾ ਜੀ ਕੋਲ ਨੇ ਦੀਪ ਬਾਈ ਦੀਆਂ। ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਇੱਥੇ ਪਹੁੰਚੇ ਇੱਕ ਬਹੁਤ ਵੱਡਾ ਇਕੱਠ ਹੈ। ਤੁਹਾਡੇ ਕੋਲ ਛੋਟਾ ਹੁੰਦਾ ਦੀਪ ਖੇਡਦਾ ਰਿਹਾ ਤੁਸੀਂ ਜਿਵੇਂ ਦੱਸਿਆ, ਜਾਂ ਹੋਰ ਕਿੱਦਾਂ ਦੀਆਂ ਯਾਦਾਂ ਸੀਗੀਆਂ ਦੀਪ ਵੀਰੇ ਦੀਆਂ, ਉਹ ਦੱਸਿਓ ਜ਼ਰੂਰ। ਦੀਪ ਸਿੰਘ ਦੀ ਜੀ ਭੈਣ ਸਾਡੇ ਪਿੰਡ ਵਿਆਹੀ ਸੀ। ਉਹ ਛੋਟਾ ਹੁੰਦਾ ਸੀ ਆਪਦੀ ਭੈਣ ਕੋਲ ਛੇਵੀਂ ਕਲਾਸ 'ਚ ਪੜ੍ਹਨ ਲੱਗਿਆ ਸੀ। ਉਹ ਫਿਰ ਖੇਡਦਾ ਵੀ ਸੀ, ਬਾਸਕਟਬਾਲ ਦਾ ਬਹੁਤ ਚੰਗਾ ਖਿਡਾਰੀ ਬਣਿਆ। ਦਸਵੀਂ ਕਲਾਸ ਕਰਕੇ ਉੱਥੋਂ ਫਿਰ ਉਹ ਅੱਗੇ ਗਿਆ ਸਾਡੇ ਪਿੰਡ, ਮਗਰੋਂ ਆਉਂਦਾ ਵੀ ਰਿਹਾ। ਉਹ ਬਹੁਤ ਪਿਆਰ ਸੀ ਸਾਡੇ ਪਿੰਡ ਦੇ ਨਾਲ, ਬਹਿਮਨ ਦਵਾਨੇ ਦੇ ਨਾਲ। ਉਹ ਸਾਡੇ ਪਿੰਡ ਮਗਰੋਂ ਫਿਲਮਾਂ ਵੀ ਬਣਾ ਕੇ ਲਿਆ, ਗੱਗੂ ਗਿੱਲ ਵਰਗੇ ਨਾਲ ਆਏ ਆ। ਬਾਪੂ ਜੀ ਜਦੋਂ ਦੀਪ ਬਾਈ ਦਾ ਐਕਸੀਡੈਂਟ ਹੋਇਆ ਤੁਹਾਨੂੰ ਖਬਰ ਮਿਲੀ ਹੋਣੀ ਆ, ਤੁਹਾਡੇ ਨਾਲ ਬਚਪਨ ਦਾ ਸਮਾਂ ਬਿਤਾਇਆ, ਤੁਹਾਨੂੰ ਕਿਵੇਂ? ਉਸੇ ਟਾਈਮ ਵੀ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਦੀਪ ਸਿੱਧੂ ਦੀ ਮੌਤ ਹੋ ਗਈ। ਸਾਡੇ ਬੇਟੇ ਪਾਣੀ ਲਾਉਂਦੇ ਸੀਗੇ ਜੀ, ਉਹਨਾਂ ਨੇ ਆਉਣ ਸਾਰ ਹੀ ਮੈਨੂੰ 10 ਵਜੇ ਘਰੇ ਆਇਆ ਉਹ ਆਉਂਦਾ ਕੇ ਡੈਡੀ ਅੱਗੇ ਦੀਪ ਸਿੱਧੂ ਦੀ ਮੌਤ ਹੋ ਗਈ। ਮੈਂ ਐਂ ਕਿਵੇਂ ਹੋ ਗਈ? ਅੱਗੇ ਐਕਸੀਡੈਂਟ ਹੋ ਗਿਆ ਫਿਰ ਉਹ ਤਾਂ ਦੋ ਦਿਨ ਸੁੱਤਾ ਹੀ ਨਹੀਂ ਜੀ। ਗੱਲ ਸੁਣ ਕੇ ਬਸ ਹਾਂ, ਬਚਪਨ ਦੇ ਯਾਰ ਦੋਸਤ ਸੀਗੇ। ਬਚਪਨ ਦੇ ਵਿੱਚ ਕੀ ਦੀਪ ਨੂੰ ਦੀਪ ਸਿੱਧੂ ਕਹਿੰਦੇ ਸੀ ਜਾਂ ਸੰਦੀਪ ਜਾਂ ਕੀ ਨਾਮ ਤੋਂ ਬੁਲਾਇਆ ਜਾਂਦਾ ਸੀਗਾ? ਸੋਨੂੰ ਕਹਿੰਦੇ ਸੀ। ਸੋਨੂੰ, ਅੱਛਾ। ਅਤੇ ਪਿੰਡ ਦੇ ਵਿੱਚ ਤੁਹਾਡੇ ਬਹੁਤ ਰੋਸ ਦਾ ਮਾਹੌਲ ਹੋਣਾ ਹੈ ਨਾ? ਹਾਂ, ਪਿੰਡ 'ਚ ਬਹੁਤ ਆਏ, ਸਾਡੇ ਪਿੰਡੋਂ ਬਹੁਤ ਆਏ ਆ ਬੰਦੇ। ਦੋ ਤਿੰਨ ਬੱਸਾਂ ਭਰ ਕੇ ਜਾਂ ਗੱਡੀਆਂ ਆਈਆਂ ਪਰਸੋਂ ਦੇ ਆਈ ਜਾਂਦੇ ਆ ਲੋਕ, ਇੱਥੇ 3 ਦਿਨ ਹੋ ਗਏ ਸਾਰੇ ਉਹਨਾਂ ਦਾ ਜਿੰਨਾ ਪਰਿਵਾਰ ਆ ਸਾਰਾ 3 ਦਿਨ ਹੋ ਗਏ ਇੱਥੇ ਆਇਆ ਨੂੰ। ਜੀ ਜੀ ਜੀ, ਹਾਂਜੀ ਬਾਬਾ ਜੀ, ਸਾਰਾ ਪਿੰਡ ਹੀ ਆਇਆ ਹੋਇਆ ਜੀ। ਪਰ ਬਾਪੂ ਜੀ, ਬਹੁਤ ਲੋਕ ਜਿਹੜੇ ਗਦਾਰ ਦੇ ਸਰਟੀਫਿਕੇਟ ਵੰਡ ਰਹੇ ਨੇ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ? ਗਦਾਰ ਅਸੀਂ ਤਾਂ ਮੰਨਦੇ ਨਹੀਂ ਜੀ ਵੀ ਗਦਾਰ ਸੀਗਾ। ਕਿਹੜੀ ਗੱਲੋਂ ਗਦਾਰ ਸੀਗਾ? ਉਹਨੇ ਜੇ ਆਪਣਾ ਝੰਡਾ ਚੜਾਇਆ, ਉਹ ਵੀ ਕਿਸਾਨਾਂ ਨੇ, ਉਹ ਪੁਲਿਸ ਨੇ ਆਪ ਹੀ ਉਲਟ ਰਸਤੇ ਪਾ ਕੇ ਉਹਨਾਂ ਦਾ ਝੰਡਾ ਚੜਾਇਆ। ਪਰ ਅਸੀਂ ਤਾਂ ਨਹੀਂ ਮੰਨਦੇ ਇਹ ਗਦਾਰ ਵਾਲੀ ਗੱਲ। ਬਹੁਤ ਬੰਦਾ ਚੰਗਾ ਸੀਗਾ। ਬਹੁਤ ਰੋਸ ਹੋਊ ਤੁਹਾਡੇ ਪਿੰਡ ਵਿੱਚ ਤਾਂ ਬਹੁਤ ਜ਼ਿਆਦਾ? ਸਾਰੇ ਜੀ ਰੋਸ ਤਾਂ, ਦੋ ਤਿੰਨ ਦਿਨ ਰੋਟੀ ਨਹੀਂ ਪੱਕੀ ਸਾਡੇ ਪਿੰਡ 'ਚ ਤਾਂ। ਬੁੜੀਆਂ ਕੀ ਬੰਦੇ ਕੀ ਸਭ ਪਾਸਾ। ਸੋ ਤੁਸੀਂ ਬਾਪੂ ਜੀ ਇਮੋਸ਼ਨਲ ਹੋ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ। ਦੀਪ ਬਾਈ ਚਲੇ ਗਏ ਆ, ਪਰ ਉਹਦੀਆਂ ਯਾਦਾਂ ਜਿਹੜੀਆਂ ਉਹ ਬਹੁਤ ਜ਼ਿਆਦਾ, ਜਿਨ੍ਹਾਂ ਦੇ ਨਾਲ ਸਮਾਂ ਬੀਤਿਆ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਨੇ। ਅਤੇ ਤੁਸੀਂ ਦੇਖ ਸਕਦੇ ਹੋ ਅੱਗੇ ਦੀਆਂ ਤਸਵੀਰਾਂ, ਤੁਸੀਂ ਜ਼ਰੂਰ ਦੇਖ ਸਕਦੇ ਹੋ। ਨੌਜਵਾਨਾਂ ਵੱਲੋਂ ਦੀਪ ਬਾਈ ਦੀਆਂ ਜਿਹੜੀਆਂ ਫੋਟੋਆਂ ਨੇ ਉਹਨਾਂ ਦੇ ਲੰਗਰ ਵੀ ਲਗਾਏ ਗਏ ਨੇ, ਜਿੱਥੇ ਗੁਰੂ ਕੇ ਲੰਗਰ ਪ੍ਰਸ਼ਾਦੇ ਦੇ ਲੰਗਰ ਚੱਲ ਰਹੇ ਨੇ। ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੋਰਡ ਫਲੈਕਸਾਂ ਇੱਥੇ ਨੌਜਵਾਨ ਲਈ ਫਿਰਦੇ ਨੇ ਦੀਪ ਦੀਆਂ ਫੋਟੋਆਂ, ਉਹਦੇ ਵੀ ਲੰਗਰ ਜਿਹੜੇ ਉੱਥੇ ਲਗਾਏ ਗਏ ਨੇ ਨੌਜਵਾਨਾਂ ਵੱਲੋਂ। ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ। ਸੰਗਤ ਲਗਾਤਾਰ ਆ ਰਹੀ ਹੈ, ਸਵੇਰ ਦੀ ਸੰਗਤ ਆ ਰਹੀ ਹੈ, ਅਤੇ ਬਹੁਤ ਜ਼ਿਆਦਾ ਇਕੱਠ, ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠ ਹੋਇਆ, ਗਿਣਤੀ ਨਹੀਂ ਹੈਗੀ। ਸੋ ਤੁਸੀਂ ਦੇਖ ਸਕਦੇ ਹੋ, ਅਸੀਂ ਤੁਹਾਨੂੰ ਸ਼ਬਦ ਚੈਨਲ 'ਤੇ ਲਗਾਤਾਰ ਜਿਹੜੀ ਅਪਡੇਟ ਆ ਉਹ ਦੇ ਰਹੇ ਹਾਂ ਜੀ, ਅਤੇ ਤੁਸੀਂ ਸ਼ਬਦ ਚੈਨਲ ਦੇ ਨਾਲ ਜੁੜੇ ਰਹੇ ਹੋ। ਅਤੇ ਮੈਂ ਤੁਹਾਡਾ ਆਪਣਾ ਪਰਵਿੰਦਰ ਔਜਲਾ, ਧੰਨਵਾਦ।